ਵਧੀਆ ਕੰਮ ਕਰਦੇ ਹੋਏ ਜਿੰਨੇ ਵੀ ਪਿਛਲੇ ਸਮੇਂ ਵਿੱਚ ਗੁੰਮੇ ਹੋਏ ਤੇ ਲੋਸਟ ਮੋਬਾਈਲ ਫੋਨ ਸੀ ਜਨਰਲ ਪਬਲਿਕ ਨੇ ਸਾਨੂੰ ਰਿਪੋਰਟ ਕੀਤੀ ਸੀ ਉਹਨਾਂ ਨੂੰ ਟਰੇਸ ਕਰਕੇ 216 ਮੋਬਾਈਲ ਫੋਨਸ ਉਹਨਾਂ ਨੂੰ ਅੱਜ ਵਾਪਸ ਕੀਤੇ ਜਾ ਰਹੇ ਹੈ ਪਬਲਿਕ ਨੇ ਇੱਥੇ ਆ ਕੇ ਫਿਰੋਜ਼ਪੁਰ ਪੁਲਿਸ ਦਾ ਬਹੁਤ ਧੰਨਵਾਦ ਕੀਤਾ ਸਾਡਾ ਇਹ ਜੈਸਚਰ ਪਬਲਿਕ ਲਈ ਇਸ ਕਰਕੇ ਹੈ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਵਿਸ਼ਵਾਸ ਹੋਏ ਕੋਈ ਵੀ ਪੁਲਿਸ ਕੋਲ ਕੰਪਲੇਂਟ ਆਉਂਦੀ ਹੈ ਉਹਦੇ 'ਤੇ ਤੁਰੰਤ ਕਾਰਵਾਈ ਕਰਦੇ ਹਾਂ ਅਸੀਂ ਉਹਨਾਂ ਦੀ ਸਹਾਇਤਾ ਲਈ ਹਮੇਸ਼ਾ ਮੌਜੂਦ ਹਾਂ ਇਸ ਤੋਂ ਇਲਾਵਾ ਜਿਹੜੇ ਗੁੰਮ ਹੋਏ ਮੋਬਾਈਲ ਹੈ ਇਸ ਤੋਂ ਇਲਾਵਾ ਕੁਝ ਸਨੈਚਿੰਗ ਸਨੈਚ ਮੋਬਾਈਲਸ ਵੀ ਸਾਨੂੰ ਮਿਲੇ ਸੀ ਜੋ ਕਿ ਕੰਸਰਨਡ ਕੇਸਿਸ ਵਿੱਚ ਅਰੈਸਟ ਕੀਤੇ ਗਏ ਬੰਦੇ ਮੋਬਾਈਲ ਰਿਕਵਰ ਕੀਤੇ ਗਏ ਅਤੇ ਉਹ ਅਲੱਗ ਤੌਰ 'ਤੇ ਕਿਉਂਕਿ ਉਹਦੇ 'ਚ ਕੋਰਟ ਦਾ ਪ੍ਰੋਸੀਜਰ ਹੁੰਦਾ ਹੈ ਉਹਨਾਂ ਦੀ ਪਰਮਿਸ਼ਨ ਲੈ ਕੇ ਉਹ ਵਾਪਸ ਕੀਤੇ ਜਾਣਗੇ ਅਤੇ ਸਨੈਚਰਸ ਦੇ ਖਿਲਾਫ ਐਕਸ਼ਨ 'ਚ ਪਿਛਲੇ 2 ਮਹੀਨੇ 'ਚ ਫਿਰੋਜ਼ਪੁਰ ਪੁਲਿਸ ਨੇ 6 ਸਨੈਚਰ ਗੈਂਗਸ ਵੱਡੇ ਫੜੇ ਹੈ ਜਿਨ੍ਹਾਂ ਤੋਂ ਬਹੁਤ ਜ਼ਿਆਦਾ ਮਾਤਰਾ 'ਚ ਮੋਬਾਈਲ ਵੀ ਬਰਾਮਦ ਹੋਏ ਹੈ ਅਤੇ ਹੋਰ ਵੀ ਵਾਰਦਾਤਾਂ ਸਾਡੀਆਂ ਕਾਫੀ ਟਰੇਸ ਹੋਈਆਂ ਪਿਛਲੇ ਸਮੇਂ ਵਿੱਚ ਸਨੈਚਿੰਗ ਦੀ ਵਾਰਦਾਤਾਂ ਕਾਫੀ ਘਟ ਗਈਆਂ ਸ਼ਹਿਰ ਵਿੱਚ ਅਤੇ ਅੱਗੇ ਵੀ ਇਹੀ ਕੰਮ ਚੰਗਾ ਕੰਮ ਜਾਰੀ ਰਹੇਗਾ ਮੋਬਾਈਲ ਜਿਹੜੇ ਤੁਸੀਂ ਭੱਜ ਦਿੱਤੇ ਅੱਜ 216 ਗੁੰਮ ਹੋਏ ਮੋਬਾਈਲ ਲੰਬੇ ਸਮੇਂ ਤੋਂ ਜਿਹੜੇ ਗੁੰਮ ਹੋਏ ਸੀ ਉਹ ਅਸੀਂ ਸਾਰੇ ਓਨਰਸ ਨੂੰ ਬੁਲਾ ਕੇ ਉਹਨਾਂ ਨੂੰ ਵਾਪਸ ਕੀਤੇ ਗਏ ਚਾਈਨਾ ਰੋਡ ਬਸੰਤ ਆ ਰਿਹਾ ਫਿਰੋਜ਼ਪੁਰ ਦੇ ਚਾਈਨਾ ਰੋਡ ਬਹੁਤ ਹਿਊਜ ਜਿਹੜੀ ਇੱਥੇ ਯੂਜ਼ ਕੀਤੀ ਜਾਂਦੀ ਉਹਦੇ ਵਾਸਤੇ ਤੁਸੀਂ ਕੀ ਕੀਤਾ ਹੁਣ ਤੱਕ ਕਿੰਨੀ ਚਾਈਨਾ ਡੋਰ ਲਈ ਆਪਾਂ ਨਵੰਬਰ ਦੇ ਮਹੀਨੇ ਤੋਂ ਹੀ ਇੱਕ ਡਰਾਈਵ ਸਪੈਸ਼ਲ ਡਰਾਈਵ ਸ਼ੁਰੂ ਕਰਦੇ ਵੱਡੇ ਡੀਲਰਸ ਤੇ ਹੋਲਸੇਲਰਸ ਨੂੰ ਵੀ ਫੜਿਆ ਕਈ ਡੀਲਰਸ ਤੋਂ 2-2, 300-300 ਗੱਟੂ ਵੀ ਬਰਾਮਦ ਕੀਤੇ ਗਏ ਹੈ ਹੁਣ ਤੱਕ ਤਕਰੀਬਨ 11 FIRs ਉਹਨਾਂ ਤੇ ਲੌਜ ਹੋ ਚੁੱਕੀਆਂ ਹੈ ਕੁਝ FIRs ਜਿਨ੍ਹਾਂ ਦੀ ਵੱਡੀ ਰਿਕਵਰੀ ਹੈ ਅਟੈਂਪਟ ਟੂ ਮਰਡਰ 307 'ਚ ਵੀ ਅਸੀਂ ਦਰਜ ਕੀਤੀ ਹੈ ਕਿਉਂਕਿ ਉਹ ਉਹਨਾਂ ਦਾ ਜਿਹੜਾ ਇੰਟੈਂਸ਼ਨਸ ਬਹੁਤ ਮਾੜੀਆਂ ਸੀ ਜੇ ਚਾਈਨਾ ਡੋਰ ਵੇਚ ਕੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਸੀ ਹੁਣ ਵੀ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਬਸੰਤ ਪੰਚਮੀ ਦਾ ਤਿਉਹਾਰ ਜਿਹੜਾ ਸ਼ਾਂਤੀਪੂਰਵਕ ਮਨਾਇਆ ਜਾਵੇ ਚਾਈਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਅਤੇ ਨੋਰਮਲ ਡੋਰ ਦੀ ਵਰਤੋਂ ਕੀਤੀ ਜਾਵੇ ਤਾਂ ਕਿ ਜਿਹੜੇ ਇਨਸਾਨਾਂ ਦੀ ਜਾਨ ਅਤੇ ਪੰਛੀਆਂ ਦੀ ਜਾਨ ਨੂੰ ਕੋਈ ਵੀ ਖਤਰਾ ਨਾ ਹੋਵੇ ਜਿਹੜਾ ਵੀ ਯੂਜ਼ ਕਰਨ ਵਾਲਾ ਵੀ ਹੈ ਉਹਦੇ 'ਤੇ ਵੀ ਬਰਾਬਰ ਕਾਰਵਾਈ ਕਰਾਂਗੇ ਕਿਉਂਕਿ 144 ਦੇ ਆਰਡਰਸ ਬਿਲਕੁਲ ਕਲੀਅਰ ਨੇ ਮੈਡਮ ਸਨੈਚਿੰਗ ਦੇ ਜਿਹੜੇ ਮੋਬਾਈਲ ਨੇ ਜਿਨ੍ਹਾਂ ਨੇ ਖਰੀਦੇ ਨੇ ਉਹਨਾਂ 'ਤੇ ਐਕਸ਼ਨ ਹੋਏਗਾ ਬਿਲਕੁਲ ਜੀ ਬਿਲਕੁਲ ਸਨੈਚਿੰਗ ਦੇ ਮੋਬਾਈਲ ਜਿਹੜੇ ਰਿਕਵਰ ਹੋ ਰਹੇ ਹੈ ਜਿੱਥੋਂ ਚੱਲੇ ਹੈ ਜਿਹਨੇ ਖਰੀਦੇ ਹੈ ਅਤੇ ਜਿਹਨੇ ਵੇਚੇ ਹੈ ਸਾਰੇ ਬੁੱਕ ਕੀਤੇ ਜਾ ਰਹੇ ਹੈ ਮੈਂ ਜਿਵੇਂ ਦੱਸਿਆ 6 ਗੈਂਗ ਅਸੀਂ ਬਸਟ ਕਰ ਚੁੱਕੇ ਹਾਂ ਸਨੈਚਿੰਗ ਵਾਲੇ ਮੋਬਾਈਲਸ ਦੇ ਰਿਕਵਰ ਕਰਕੇ ਪ੍ਰੋਪਰ ਕੋਰਟ ਦੇ ਪ੍ਰੋਸੀਜਰ ਤੋਂ ਬਾਅਦ ਉਹ ਵਾਪਸ ਕੀਤੇ ਜਾਣਗੇ